ਪੰਜਾਬ ਦੇ ਵਿੱਚ ਹਾਲਾਤ ਹਾਲੇ ਵੀ ਸਥਿਰ ਹੁੰਦੇ ਹੋਏ ਨਜ਼ਰ ਨਹੀਂ ਆ ਰਹੇ ਕਿਉਂਕਿ ਇੱਕ ਵਾਰ ਫਿਰ ਤੋਂ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਕਈ ਸ਼ਹਿਰਾਂ ਦੇ ਵਿੱਚ ਕਈ ਜ਼ਿਲ੍ਹਿਆਂ ਦੇ ਵਿੱਚ ਜੇਕਰ ਅਸੀਂ ਫਿਰੋਜ਼ਪੁਰ ਦੀ ਗੱਲ ਕਰੀਏ ਤਾਂ ਫਿਰੋਜ਼ਪੁਰ ਦੇ ਵਿੱਚ ਬੀਤੇ ਦਿਨ ਟੋਰਨਾਡੋ ਵੇਖਣ ਨੂੰ ਮਿਲਿਆ ਚੱਕਰਵਾਤੀ ਤੂਫਾਨ ਵੇਖਣ ਨੂੰ ਮਿਲਿਆ ਔਰ ਇਸ ਕਾਰਨ ਲੋਕ ਜਿਹੜੇ ਨੇ ਡਰੇ ਹੋਏ ਨੇ ਸਹਿਮੇ ਹੋਏ ਨੇ ਪਹਿਲਾਂ ਹੀ ਹੜ੍ਹ ਨੇ ਪਾਣੀ ਨੇ ਲੋਕਾਂ ਦੇ ਹੋਸ਼ ਉਡਾਏ ਹੋਏ ਨੇ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਪੁਚਾਲ ਲੈ ਜਾਂਦਾ ਤਬਾਹੀ ਮਚਾ ਦਿੰਦੀ ਹੈ ਔਰ ਉਸ ਤੋਂ ਬਾਅਦ ਇਸ ਤਰ੍ਹਾਂ ਦੇ ਜਿਹੜੇ ਤੂਫਾਨ ਨੇ ਉਹ ਲੋਕਾਂ ਦੀਆਂ ਨਿੰਦਰਾਂ ਹਰਾਮ ਕਰ ਰਹੇ ਨੇ ਲੋਕ ਰਾਤਾਂ ਨੂੰ ਸੌ ਨਹੀਂ ਪਾ ਰਹੇ ਕਿਉਂਕਿ ਉਹਨਾਂ ਨੂੰ ਇਹ ਡਰ ਸਤਾਉਂਦਾ ਹੈ ਕਿ ਜੇਕਰ ਅਸੀਂ ਸੌਂਗੇ ਤਾਂ ਰਾਤੋਂ ਰਾਤ ਪਾਣੀ ਆ ਗਿਆ ਤੂਫਾਨ ਆ ਗਿਆ ਤਾਂ ਅਸੀਂ ਕਿੱਧਰ ਜਾਵਾਂਗੇ ਉੱਠ ਕੇ ਰਾਤਾਂ ਨੂੰ ਭਜਾਂਗੇ ਇਸ ਲਈ ਉਹ ਲੋਕ ਰਾਤਾਂ ਜਾਗ ਕੇ ਕੱਟਣ ਨੂੰ ਮਜਬੂਰ ਹੋ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਪੌਂਗ ਡੈਮ ਦਾ ਪਾਣੀ ਦੋ ਦਿਨ ਪਹਿਲਾਂ ਵੀ ਛੱਡਿਆ ਗਿਆ ਸੀ ਕੱਲ ਵੀ ਛੱਡਿਆ ਜਾ ਰਿਹਾ ਹੈ ਬਿਆਸ ਦਰਿਆ ਦਾ ਪੱਧਰ ਵੀ ਹੌਲੀ-ਹੌਲੀ ਵੱਧਦਾ ਜਾ ਰਿਹਾ ਹੈ ਜੇਕਰ ਅਸੀਂ ਗੱਲ ਕਰੀਏ ਬਿਆਸ ਦਰਿਆ ਦੇ ਨਜ਼ਦੀਕ ਪਿੰਡਾਂ ਦੀ ਤਾਂ ਉੱਥੇ ਵੀ ਅਲਰਟ ਜਾਰੀ ਕਰ ਦਿੱਤਾ ਗਿਆ ਕਈ ਸੂਏ ਕਈ ਖੱਡਾਂ ਇਹੋ ਜਿਹੀਆਂ ਨੇ ਜਿੱਥੇ ਪਿਛਲੇ 35-35 ਸਾਲਾਂ ਤੋਂ ਪਾਣੀ ਨਹੀਂ ਵੇਖਿਆ ਗਿਆ ਪਰ ਉਹ ਖੱਡਾਂ ਉਹ ਸੂਏ ਵੀ ਅੱਜ ਭਰੇ ਹੋਏ ਨੇ ਦਸੂਆ ਮਕੇਰੀਆਂ ਦੀ ਗੱਲ ਕਰੀਏ ਤਾਂ ਇਨ੍ਹਾਂ ਇਲਾਕਿਆਂ ਦੇ ਵਿੱਚ ਵੀ ਐਸੀਆਂ ਖੱਡਾਂ ਨੇ ਐਸੇ ਨਿੱਕੇ-ਨਿੱਕੇ ਸੂਏ ਸੀ ਜਿੱਥੇ ਲੋਕਾਂ ਨੇ ਆਪਣੀ ਜ਼ਿੰਦਗੀ ਪੀਰ ਦੇ ਵਿੱਚ ਪਾਣੀ ਨਹੀਂ ਸੀ ਵੇਖਿਆ ਪਰ ਅੱਜ ਉਹਨਾਂ ਖੱਡਾਂ ਦੇ ਵਿੱਚ ਵੀ ਪਾਣੀ ਹੈ ਔਰ ਖੱਡਾਂ ਭਰੀਆਂ ਹੋਈਆਂ ਨੇ ਔਰ ਜੋ ਲੋਕਾਂ ਦੇ ਖੇਤਾਂ ਨੂੰ ਵੀ ਤਬਾਹ ਕਰ ਰਿਹਾ ਪਾਣੀ ਥੰਦਾ ਜੀਏ ਕੇ ਪੌਂਗ ਡੈਮ ਦਾ ਪਾਣੀ ਵੀ ਲਗਾਤਾਰ ਛੱਡਿਆ ਜਾ ਰਿਹਾ ਉਹ ਖਤਰੇ ਦੇ ਨਿਸ਼ਾਨ ਤੋਂ ਥੋੜਾ ਥੱਲੇ ਆ ਪਰ ਫਿਰ ਵੀ ਪਾਣੀ ਛੱਡਿਆ ਜਾ ਰਿਹਾ ਉਥੋਂ ਔਰ ਲਗਾਤਾਰ ਪਾਣੀ ਨਹੀਂ ਛੱਡਿਆ ਜਾ ਰਿਹਾ ਇੱਕ ਇੱਕ ਦਿਨ ਛੱਡ ਕੇ ਜਿਹੜਾ ਪਾਣੀ ਹੈ ਉਹ ਪੌਂਗ ਡੈਮ ਤੋਂ ਛੱਡਿਆ ਜਾ ਰਿਹਾ ਟਰਬਾਈਨਾ ਦੇ ਰਾਹੀਂ ਪਾਣੀ ਜਿਹੜਾ ਹੌਲੀ ਹੌਲੀ ਕਰਕੇ ਛੱਡਿਆ ਜਾਂਦਾ ਤਾਂ ਕਿ ਇੱਕੋ ਵਾਰ ਪਾਣੀ ਦਾ ਪੱਧਰ ਜਿਹੜਾ ਬਿਆਸ ਦੇ ਵਿੱਚ ਵੱਧ ਨਾ ਜਾਵੇ ਇਸ ਲਈ ਥੋੜਾ ਥੋੜਾ ਕਰਕੇ ਪਾਣੀ ਛੱਡਿਆ ਜਾ ਰਿਹਾ ਤੁਹਾਨੂੰ ਦੱਸ ਦਈਏ ਕਿ ਜੇਕਰ ਘੱਗਰ ਦੀ ਗੱਲ ਕਰੀਏ ਤਾਂ ਘੱਗਰ ਦੇ ਨਜ਼ਦੀਕ ਜਿਹੜੇ ਪਿੰਡ ਨੇ ਉਹਨਾਂ ਦੇ ਵਿੱਚ ਤਾਂ ਤਬਾਹੀ ਪਸਰੀ ਹੋਈ ਹੈ ਹਾਲੇ ਵੀ ਲੋਕਾਂ ਦੇ ਪਿੰਡਾਂ ਦੇ ਵਿੱਚ ਪਾਣੀ ਹੈ ਔਰ ਖੇਤ ਜਿਹੜੇ ਨੇ ਤਬਾਹ ਹੋ ਗਏ ਨੇ ਜੇਕਰ ਅਸੀਂ ਚਾਂਦਪੂਰਾ ਬੰਨ ਦੀ ਗੱਲ ਕਰੀਏ ਤਾਂ ਚਾਂਦਪੂਰਾ ਬੰਨ ਦਾ ਪਾੜ ਜੋ ਪਿਆ ਬੰਨ ਟੁੱਟ ਗਿਆ ਸੀ ਉਸ ਕਾਰਨ ਲੋਕਾਂ ਦੇ ਖੇਤ ਬਰਬਾਦ ਹੋ ਗਏ ਨੇ ਲੱਖਾਂ ਏਕੜ ਫਸਲਾਂ ਜਿਹੜੀਆਂ ਨੇ ਉਹ ਖਰਾਬ ਹੋ ਚੁੱਕੀਆਂ ਨੇ ਲੋਕਾਂ ਦੇ ਖੇਤਾਂ ਦੇ ਵਿੱਚੋਂ ਭਾਵੇਂ ਪਾਣੀ ਥੋੜਾ ਘਟ ਗਿਆ ਪਰ ਗਾਰ ਹੀ ਗਾਰ ਜੰਮੀ ਹੋਈ ਹੈ ਫਸਲਾਂ ਬਰਬਾਦ ਹੋ ਚੁੱਕੀਆਂ ਨੇ ਔਰ ਲੋਕਾਂ ਨੂੰ ਕਿਤਨਾ ਕਿਤੇ ਇੰਤਜ਼ਾਰ ਹੈ ਕਿ ਕਦੋਂ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਰਾਹਤ ਫੰਡ ਦੀ ਘੋਸ਼ਣਾ ਕੀਤੀ ਜਾਂਦੀ ਹੈ ਇਹਨਾਂ ਲੋਕਾਂ ਦੇ ਲਈ ਕਿਉਂਕਿ ਇਹ ਲੋਕ ਪਰੇਸ਼ਾਨ ਨੇ ਹੜ੍ਹ ਜਿਨ੍ਹਾਂ ਇਲਾਕਿਆਂ ਦੇ ਵਿੱਚ ਆਇਆ ਜਿਨ੍ਹਾਂ ਪਿੰਡਾਂ ਦੇ ਵਿੱਚ ਆਇਆ ਉੱਥੋਂ ਦੇ ਲੋਕਾਂ ਦੀ ਦਾਸਤਾਨ ਸੁਣੀ ਨਹੀਂ ਜਾ ਸਕਦੀ ਉਹ ਲੋਕ ਜਿਨ੍ਹਾਂ ਨੇ ਆਪਣੀਆਂ ਧੀਆਂ ਦੇ ਲਈ ਦਾਸ ਇਕੱਠਾ ਕੀਤਾ ਸੀ ਪੈਸਾ ਇਕੱਠਾ ਕੀਤਾ ਸੀ ਹੋਰ ਕੱਪੜਾ ਲੱਤਾ ਇਕੱਠਾ ਕੀਤਾ ਸੀ ਘਰ ਦਾ ਜਿਹੜਾ ਸਮਾਨ ਸੀ ਉਹਨਾਂ ਦਾ ਆਪਣਾ ਸਭ ਕੁਝ ਪਾਣੀ ਦੇ ਵਿੱਚ ਬਹਿ ਤੁਰਿਆ ਔਰ ਲੋਕ ਜਿਹੜੇ ਨੇ ਆਪਣੀ ਜਾਨ ਬਚਾਉਣ ਦੇ ਲਈ ਆਪਣੇ ਘਰਾਂ ਤੋਂ ਬੇਕਾਰ ਹੋ ਚੁੱਕੇ ਨੇ ਔਰ ਉਹਨਾਂ ਦੀ ਦਾਸਤਾਨ ਜਿਹੜੀ ਹੈ ਉਹ ਦਿਲ ਨੂੰ ਕੰਬਾ ਸੁੱਟਦੀ ਹੈ ਅਜਿਹਿਆਂ ਕੰਨੀਆਂ ਹੀ ਦਾਸਤਾਨਾਂ ਜਿਹੜੀਆਂ ਨੇ ਇਹਨਾਂ ਹੜਪੀੜਿਤ ਇਲਾਕਿਆਂ ਦੇ ਵਿੱਚ ਵੇਖਣ ਨੂੰ ਮਿਲ ਰਹੀਆਂ ਨੇ ਇਸ ਲਈ ਲੋਕ ਇਹੋ ਇਸ ਵੇਲੇ ਸੋਚ ਰਹੇ ਨੇ ਕਿ ਪੰਜਾਬ ਦੀ ਸਰਕਾਰ ਦੇ ਵੱਲੋਂ ਉਹਨਾਂ ਦੇ ਲਈ ਕੀ ਐਲਾਨ ਕੀਤਾ ਜਾਂਦਾ ਪਰ ਤੁਹਾਨੂੰ ਦੱਸ ਦਿਆਂ ਕਿ ਖਤਰਾ ਹਾਲੇ ਟਲਿਆ ਨਹੀਂ ਹੈ ਮੀਂਹ ਦੇ ਅਸਾਰ ਹਾਲੇ ਵੀ ਬਣੇ ਹੋਏ ਨੇ ਔਰ ਇਸੇ ਕਰਕੇ ਲੋਕਾਂ ਦੇ ਵਿੱਚ ਇਹ ਮੀਂਹ ਦਾ ਨਾਮ ਜਦੋਂ ਵੀ ਸਰਣ ਨੂੰ ਮਿਲਦਾ ਤਾਂ ਦਿਲ ਦੇ ਵਿੱਚ ਹੌਲ ਪੈਣੇ ਸ਼ੁਰੂ ਹੋ ਜਾਂਦੇ ਨੇ ਲੋਕਾਂ ਦੀਆਂ ਇਹੋ ਦੁਆਵਾਂ ਨੇ ਕਿ ਮਹੀਨਾ ਪਵੇ ਔਰ ਹਾਲਾਤ ਜਿਹੜੇ ਨੇ ਇੱਕ ਵਾਰ ਫਿਰ ਤੋਂ ਨਾਰਮਲਾਈਜ਼ ਹੋ ਜਾਣ ਇਸ ਤਰ੍ਹਾਂ ਦੀਆਂ ਹੋਰ ਤਾਜ਼ਾ ਤਰੀਨ ਖਬਰਾਂ ਲਈ ਜੁੜੇ ਰਹੋ ਐਚਐਸਨਿਊਜ਼ ਨਾਲ ਤੇ ਹੁਣੇ ਸਬਸਕ੍ਰਾਈਬ ਕਰੋ ਸਾਡਾ YouTube Facebook ਔਰ Instagram